ਪਿਆਰੇ ਬੱਚਿਓ ਕੁਝ ਬੱਚਿਆਂ ਨੇ ਪੁੱਛਿਆ ਸੀ ਕਿ ਜਦੋਂ ਅਸੀਂ YouTube ਤੇ ਵੀਡੀਓ ਚਲਾਉਂਦੇ ਹਾਂ ਤਾਂ ਉਹ ਬਹੁਤ ਫੇਡ ਜਾਂ ਕਲੀਅਰ ਨਹੀਂ ਹੁੰਦੀ ਆਓ ਅੱਜ ਸਿੱਖਦੇ ਹਾਂ ਕਿ ਇਹੋ ਜੀ ਵੀਡੀਓ ਨੂੰ ਆਪਾਂ ਕਿਸ ਤਰ੍ਹਾਂ ਸੈੱਟ ਕਰਨਾ ਹੈ ਤੁਸੀਂ ਦੇਖੋਗੇ ਵੀ ਤੁਹਾਡੇ ਰਾਈਟ ਕਾਰਨਰ ਤੇ ਜਾਂ ਸੱਜੇ ਕਾਰਨਰ ਦੇ ਉੱਪਰ ਤਿੰਨ ਬਿੰਦੂ ਦਿੱਤੇ ਗਏ ਹਨ ਤੁਸੀਂ ਉਹਨਾਂ ਤਿੰਨ ਬਿੰਦੂ ਨੂੰ ਜਦੋਂ ਕਲਿੱਕ ਕਰੋਗੇ ਤਾਂ ਉਸ ਤੋਂ ਬਾਅਦ ਤੁਹਾਡੇ ਇੱਥੇ ਕੁਆਲਿਟੀ ਆ ਜਾਏਗਾ ਕਵਾਲਿਟੀ ਨੂੰ ਜਦੋਂ ਤੁਸੀਂ ਪ੍ਰੈਸ ਕਰਨਾ ਹੈ ਉਹਦੇ ਵਿੱਚ ਫਿਰ ਤੁਸੀਂ ਐਡਵਾਂਸ ਬਟਨ ਪ੍ਰੈਸ ਕਰਨਾ ਹੈ ਐਡਵਾਂਸ ਪ੍ਰੈਸ ਕਰਨ ਤੋਂ ਬਾਅਦ ਸਭ ਤੋਂ ਵੱਡੀ ਸੰਖਿਆ ਨੂੰ ਕਲਿੱਕ ਕਰ ਦੇਣਾ ਹੈ ਜਿਦੋਂ ਉਸ ਨੂੰ ਕਲਿੱਕ ਕਰੋਗੇ ਤਾਂ ਕੁਝ ਹੀ ਸਕਿੰਟਾਂ ਬਾਅਦ ਜਿਹੜੀ ਤੁਹਾਡੀ ਸਕਰੀਨ ਆ ਉਹ ਬਿਲਕੁਲ ਕਲੀਅਰ ਹੋ ਜਾਏਗੀ ਜਿਹੜੀ ਫੇਡ ਜਾਂ ਬਲਰ ਵੀਡੀਓ ਚੱਲਦੀ ਹੈ ਉਹ ਬਿਲਕੁਲ ਸਹੀ ਹੋ ਜਾਵੇਗੀ ਬੱਚਿਓ ਇਹ ਸਾਡੀ YouTube ਦੀ ਸੈਟਿੰਗ ਹੀ ਹੁੰਦੀ ਆ ਹੁਣ ਲੱਗਦਾ ਵੀ ਤੁਸੀਂ ਸਾਰੇ ਬੱਚਿਆਂ ਨੇ ਇਹ ਜਿਹੜੀ ਸੈਟਿੰਗ ਸਿੱਖ ਲਈ ਆ ਇੱਥੋਂ ਜਦੋਂ ਵੀ ਵੀਡੀਓ ਕੋਈ ਧੁੰਦਲੀ ਚੱਲਦੀ ਆ ਤਾਂ ਤੁਸੀਂ ਕਵਾਲਿਟੀ ਸੈੱਟ ਕਰ ਸਕਦੇ ਹੋ ਥੈਂਕ ਯੂ ਬੇਟਾ ਜੀ